ਹੈਲੋ ਵੈਲਕਮ ਟੂ ਆਲ ਆਫ ਯੂ ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਦੀ ਠੀਕ ਆ ਤਾਂ ਰਾਈਟਿੰਗ ਵਿੱਚ ਜਿਹੜੇ ਆਪਣੇ ਐਸੇ ਹੁੰਦੇ ਆ ਟਾਸਕ ਟੂ ਲਈ ਉਹ ਆਪਣੇ ਕੋਲੇ 8 ਟਾਈਪ ਦੇ ਐਸੇ ਹੁੰਦੇ ਆ ਜਿਹੜੀ ਅੱਜ ਆਪਾਂ ਟਾਈਪ ਦੀ ਗੱਲ ਕਰਨੀ ਹੈਗੀ ਆ ਉਹ ਹੈਗੀ ਹੈ ਐਗਰੀ অর ਡਿਸਐਗਰੀ ਠੀਕ ਹੈ ਐਗਰੀ অর ਡਿਸਐਗਰੀ ਚ ਵੀ ਆਪਣੇ ਕੋਲ 2 ਟਾਈਪਸ ਹੁੰਦੀਆਂ ਇੱਕ ਵਟ ਐਕਸਟੈਂਡ ਠੀਕ ਆ ਤਾਂ ਇੱਕ ਆਪਣੇ ਕੋਲੇ ਸਿੰਪਲ ਪੁੱਛਿਆ ਹੁੰਦਾ ਐਗਰੀ অর ਡਿਸਐਗਰੀ ਤਾਂ ਅੱਜ ਆਪਾਂ ਸਿੰਪਲ ਕਰਨਾ ਹੈ ਐਗਰੀ অর ਡਿਸਐਗਰੀ ਠੀਕ ਆ ਤਾਂ ਹੁਣ ਤੁਹਾਨੂੰ ਇਹਦੇ ਵਿੱਚ ਜਿਹੜੀ ਆਪਾਂ ਅੱਜ ਦੀ ਵੀਡੀਓ ਵਿੱਚ ਸਾਰੀਆਂ ਚੀਜ਼ਾਂ ਐਡ ਕਰਾਂਗੇ ਲਾਈਕ ਜਿੱਦਾਂ ਸੈਂਟੈਂਸ ਵੇਰੀਏਸ਼ਨ ਮੀਨ ਐਸੇ ਦੀ ਨੀਡਸ ਤੁਸੀਂ ਦੇਖ ਲਓ ਇੱਕ ਤਾਂ ਸੈਂਟੈਂਸ ਵੇਰੀਏਸ਼ਨ ਹੁੰਦੀ ਹੈ ਇੱਕ ਪ੍ਰੋਪਰ ਸਟਰਕਚਰ ਹੁੰਦਾ ਠੀਕ ਆ ਇਸ ਤੋਂ ਬਿਨਾ ਜਿਹੜਾ ਆਪਣਾ ਐਸੇ ਆਪਾਂ ਕਹਿ ਸਕਦੇ ਕਿ ਅਧੂਰਾ ਹੈਗਾ ਠੀਕ ਆ ਤਾਂ ਉਹਦੇ ਜਿਹੜੇ ਸਕੋਰ ਨਹੀਂ ਬਣਦੇਗੇ ਜੇ ਆਪਾਂ ਅਧੂਰਾ ਐਸੇ ਲਿਖਦੇ ਆ ਤਾਂ ਇਸ ਲਈ ਸੈਂਟੈਂਸ ਵੇਰੀਏਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ ਤੇ ਉੱਪਰੋਂ ਜੇ ਆਪਾਂ ਸਟਰਕਚਰ ਦੀ ਗੱਲ ਕਰੀਏ ਤਾਂ ਸਟਰਕਚਰ ਵੀ ਬਹੁਤ ਇੰਪੋਰਟੈਂਟ ਆ ਠੀਕ ਆ ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਆ ਕਿ ਇਹਨੂੰ ਕਿੱਦਾਂ ਆਪਾਂ ਕਰਨਾ ਹੈ ਐਸੇ ਨੂੰ ਤਾਂ ਕਾਫੀ ਜਿਹੜੇ ਸਟੂਡੈਂਟਸ ਦੀ ਇਹ ਹੁੰਦੀ ਪ੍ਰੋਬਲਮ ਕਿ ਮੈਮ ਜੇ ਆਪ ਨੂੰ ਸਟੇਟਮੈਂਟ ਜਸਟ ਇੱਕ ਲਾਈਨ ਦੀ ਆ ਜਾਵੇ ਹਨਾ ਤਾਂ ਉਹਦੇ ਵਿੱਚ ਜਿਹੜੀ ਇੰਟਰੋ ਨਹੀਂ ਬਣਦੀ ਸਾਡੇ ਤੋਂ ਹਨਾ ਕਿ ਇੰਟਰੋ ਨਹੀਂ ਬਣਦੀ ਜਾਂ ਫਿਰ ਲੈਂਥ ਦਾ ਹੁੰਦਾ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਇੰਟਰੋ ਦੀ ਕੋਈ ਲੈਂਥ ਨਹੀਂ ਹੈਗੀ ਫੁੱਲ ਐਸੇ ਦੀ ਲੈਂਥ ਹੈਗੀ ਹੈ ਠੀਕ ਆ ਜਿਹੜੇ ਆਪਾਂ ਵਰਡਸ ਲਿਖਨੇ ਹੁੰਦੇ ਆ ਵਰਡ ਲਿਮਿਟ ਹੁੰਦੀ ਆ ਕੋਈ ਆਪਾਂ ਨੂੰ ਸਪੈਸ਼ਲ ਨਹੀਂ ਦੱਸਿਆ ਗਿਆ ਹੁੰਦਾ ਕਿ ਇੰਟਰੋ ਦੀ ਇੰਨੀ ਲੈਂਥ ਹੋਣੀ ਚਾਹੀਦੀ ਬੀਪੀ 1 ਦੀ ਇੰਨੀ ਹੋਣੀ ਚਾਹੀਦੀ ਬੀਵੀ 2 ਦੀ ਉਹ ਤੁਸੀਂ ਜਿੱਦਾਂ ਮਰਜ਼ੀ ਮੈਨੇਜ ਕਰੋ ਠੀਕ ਆ ਤੇ ਆਪਣੀ ਜਿਹੜਾ ਫੁੱ ਅੰਤ ਇਜ਼ਲੀ ਜੇ ਆਪਣੇ ਕੋਲ ਇੱਕ ਲਾਈਨ ਦੀ ਵੀ ਸਟੇਟਮੈਂਟ ਆ ਜਾਂਦੀ ਤਾਂ ਉਹਨੂੰ ਆਪਾਂ ਓਵਲ ਲਈ ਹੈਗੀ ਅੱਜ ਤੇ ਉਹਨੂੰ ਵੀ ਤੁਸੀਂ ਕਿੱਦਾਂ ਜਿਹੜਾ ਮਤਲਬ ਕਿ ਲਿਖ ਸਕਦੇ ਹੈਗੇ ਆ ਤੇ ਜੇ ਆਪਣੀ ਲੈਂਥ ਘਟਦੀ ਵੀ ਹੈਗੀ ਇੰਟਰਵਿਊ ਦੇ ਤੇ ਇਹਦੇ ਵਿੱਚ ਕੋਈ ਵਰੀ ਵਾਲੀ ਗੱਲ ਨਹੀਂ ਹੈਗੀ ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਦੇਖੋ ਆਪਣੇ ਕੋਲ ਕੀ ਹੈ ਫਰਸਟ ਸਮ ਪੀਪਲ ਠੀਕ ਆ ਕੁਝ ਲੋਕ ਕਲੇਮ ਦੈਟ ਕੁਝ ਜਿਹੜੇ ਲੋਕ ਇਹ ਮੰਨਦੇ ਹੈਗੇ ਆ ਦੈਟ ਫੈਮਿਲੀ ਮੈਂਬਰਸ ਆਰ ਮੋਰ ਇੰਪੋਰਟੈਂਟ ਦੈਨ ਫਰੈਂਡਸ ਡੂ ਯੂ ਐਗਰੀ অর ਡਿਸਐਗਰੀ ਠੀਕ ਆ ਤਾਂ ਆਪਾਂ ਨੂੰ ਡਾਇਰੈਕਟ ਕੁਐਸਚਨ ਪੁੱਛਿਆ ਉਹਨਾਂ ਨੇ ਐਗਰੀ ਔਰ ਡਿਸਐਗਰੀ ਠੀਕ ਆ ਤਾਂ ਉਹਨਾਂ ਨੇ ਕੀ ਪੁੱਛਿਆ ਕਿ ਜੇ ਉਹਨਾਂ ਨੇ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਇਹ ਕਿਹਾ ਕਿ ਕੁਝ ਲੋਕ ਇਹ ਮੰਨਦੇ ਆ ਕਿ ਜਿਹੜੇ ਫੈਮਿਲੀ ਮੈਂਬਰਸ ਆ ਉਹ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਦੈਨ ਫਰੈਂਡਸ ਨਾਲ ਇਹ ਦੋ ਚੀਜ਼ਾਂ ਦਾ ਕੰਪੈਰੀਜ਼ਨ ਕਰਿਆ ਹੈਗਾ ਤੁਸੀਂ ਐਗਰੀ ਔਰ ਡਿਸਐਗਰੀਓ ਦੇਖੋ ਪਹਿਲੀ ਗੱਲ ਤਾਂ ਕਾਫੀ ਸਟੂਡੈਂਟ ਜਿਹੜੇ ਜਾਂਦੇ ਆ ਪਾਰਸ਼ਲੀ ਠੀਕ ਆ ਜਿਹੜੀ ਏਐਸਏ ਟਾਈਪ ਹੁੰਦੀ ਹੈ ਐਗਰੀ ਔਰ ਡਿਸਐਗਰੀ ਇਚ ਤੁਸੀਂ ਪਾਰਸ਼ਲੀ ਨਹੀਂ ਜਾ ਸਕਦੇ ਜੇ ਤੁਹਾਨੂੰ ਐਕਸਟੈਂਡ ਪੁੱਛੀ ਹੈ ਠੀਕ ਆ ਕਿ ਵਟ ਐਕਸਟੈਂਡ 杜 ਯੂ ਐਗਰੀ ਔਰ ਡਿਸਐਗਰੀ ਦੈਨ ਤੁਸੀਂ ਪਾਰਸ਼ਲੀ ਵੀ ਜਾ ਸਕਦੇ ਆ ਕੰਪਲੀਟਲੀ ਵੀ ਜਾ ਸਕ ਅਪ ਟੂ ਲਾਰਜ ਐਕਸਟੈਂਡ ਵੀ ਜਾ ਸਕਦੀ ਹੈ ਬਟ ਜਦੋਂ ਡਾਇਰੈਕਟ ਕੁਐਸਚਨ ਕੀਤਾ ਗਿਆ ਨਾ ਐਗਰੀ ਔਰ ਡਿਸਐਗਰੀ ਤੁਸੀਂ ਇੱਕ ਹੀ ਪਾਸੇ ਜਾਣਾ ਹੈਗਾ ਠੀਕ ਆ ਲਾਈਕ ਹੁਣ ਜੇ ਤੁਸੀਂ ਐਗਰੀ ਹੋ ਤੁਸੀਂ ਮੰਨਦੇ ਹੋ ਕਿ ਹਾਂਜੀ ਫੈਮਿਲੀ ਮੈਂਬਰਸ ਜ਼ਿਆਦਾ ਇੰਪੋਰਟੈਂਟ ਦਾ ਫਰੈਂਡਸ ਨਾਲੋਂ ਤਾਂ ਤੁਸੀਂ ਐਗਰੀ ਵਾਲੀ ਸਾਈਡ ਜਾਉਂਗੇ ਜੇ ਤੁਸੀਂ ਕਹਿੰਨੇ ਹੈਗੇ ਨਹੀਂ ਫੈਮਿਲੀ ਮੈਂਬਰਸ ਨਹੀਂ ਫਰੈਂਡਸ ਜ਼ਿਆਦਾ ਇੰਪੋਰਟੈਂਟ ਹੈਗੇ ਤੁਸੀਂ ਡਿਸਐਗਰੀ ਵਾਲੀ ਸਾਈਡ ਜਾਉਂਗੇ ਠੀਕ ਆ ਤੇ ਇਹ ਅਪ ਟੂ ਤੁਹਾਡੇ ਤੇ ਹੈਗਾਗਾ ਕਿ ਤੁਸੀਂ ਜਿਹੜਾ ਕਿਹੜੀ ਸਾਈਡ ਦੇਖਣੀ ਹੈਗੀ ਇਹਦੇ ਨਾਲ ਕੋਈ ਆਪਣਾ ਜਿਹੜਾ ਸਕੋਰ ਦਾ ਮਤਲਬ ਨਹੀਂ ਹੈਗਾ ਤੁਸੀਂ ਕਿਹੜੀ ਸਾਈਡ 'ਚ ਹੁੰਦੇ ਹੈਗੇ ਜਿਹੜੀ ਤੁਹਾਨੂੰ ਮਤਲਬ ਕਿ ਆਈਡੀਆਜ਼ ਆਉਂਦੇ ਹੈਗੇ ਠੀਕ ਆ ਜਿਹੜੇ ਤੁਸੀਂ ਵਧੀਆ ਆਈਡੀਆਜ਼ ਜਿਹੜੇ ਲਿਖ ਸਕਦੇ ਹੈਗੇ ਆ ਤਾਂ ਉਹ ਤੁਸੀਂ ਜਿਹੜੀ ਸਾਈਡ ਨੂੰ ਲੈ ਲਓ ਤਾਂ ਅੱਜ ਆਪਾਂ ਕੀ ਕਰਾਂਗੇ ਐਗਰੀ ਵਾਲੀ ਸਾਈਡ ਜਾਵਾਂਗੇ ਆਪਾਂ ਇਹ ਕਵਾਂਗੇ ਕਿ ਹਾਂਜੀ ਜਿਹੜੇ ਫੈਮਿਲੀ ਮੈਂਬਰਸ ਆ ਉਹ ਜ਼ਿਆਦਾ ਇੰਪੋਰਟੈਂਟ ਆ ਜੇ ਹੁਣ ਇੰਪੋਰਟੈਂਟ ਆਪਾਂ ਕਹਿ ਰਹੇ ਆ ਤਾਂ ਆਪਾਂ ਕੀ ਕਰਨਾ ਬੀਪੀ1 ਵਿੱਚ ਇੱਕ ਰੀਜ਼ਨ ਦੱਸਣਾ ਕਾਤੋਂ ਇੰਪੋਰਟੈਂਟ ਆ ਫੈਮਿਲੀ ਮੈਂਬਰਸ ਕੰਪੈਰੀਜ਼ਨ ਕਰਕੇ ਫਰੈਂਡਸ ਨਾਲ ਤੇ ਸੈਕਿੰਡ ਦੇ ਵਿੱਚ ਆਪਾਂ ਦੂਸਰਾ ਫਿਰ ਰੀਜ਼ਨ ਦੱਸਣਾ ਕਿ ਕਿਉਂ ਜਿਹੜੇ ਫੈਮਿਲੀ ਮੈਂਬਰਸ ਕਹਿੰਨੇ ਆ ਆਪਾਂ ਵੀ ਇੰਪੋਰਟੈਂਟ ਆ ਠੀਕ ਆ ਤਾਂ ਇਸ ਤਰੀਕੇ ਨਾਲ ਜਿਹੜਾ ਆਪਾਂ ਅੱਜ ਐਸੇ ਕਰਾਂਗੇ ਫਸਟ ਆਫ ਆਲ ਦੇਖ ਲਓ ਕਿ ਆਪਣੇ ਕੋਲੇ ਜਦੋਂ ਇੰਟਰੋ ਕੀ ਹੁੰਦੀ ਇੰਟਰੋ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਹਨਾ ਰੀਫਰੇਸ ਪਲਸ ਥੀਸਿਸ ਲਾਈਨ ਜੇ ਕਿਸੇ ਸਟੂਡੈਂਟ ਨੂੰ ਜਿਹੜਾ ਰੀਫਰੇਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਜਿਹੜੀ ਚੈਨਲ ਤੇ ਵੀਡੀਓ ਹੈਗੀ ਤੁਸੀਂ ਚੰਗੀ ਤਰ੍ਹਾਂ ਸਿੱਖ ਸਕਦੇ ਕਿ ਕਿੱਦਾਂ ਰੀਫਰੇਸ ਕਰਨੀ ਹੈ ਉਹ ਵਰਡ ਟੂ ਵਰਡ ਸੈਂਟੈਂਸ ਟੂ ਸੈਂਟੈਂਸ ਚੰਗੀ ਤਰ੍ਹਾਂ ਲੈਬੋਰੇਟ ਕਰਕੇ ਦੱਸਿਆ ਗਿਆ ਕਿ ਰੀਫਰੇਸ ਕਿੱਦਾਂ ਕਰਨੀ ਹੈ ਤੁਸੀਂ ਥੀਸਿਸ ਲਾਈਨ ਕਿੱਦਾਂ ਐਡ ਕਰਨੀ ਹੈਗੀ ਠੀਕ ਆ ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਆ ਕਿ ਆਪਾਂ ਕਿੱਦਾਂ ਸਟਾਰਟ ਕਰਨਾ ਦੇਖੋ ਆਪਾਂ ਪਹਿਲਾਂ ਜਿਹੜਾ ਫਰਸਟ ਕੀ ਕੀਤਾ ਹੈਗਾ ਪੈਸਿਵ ਸੈਂਟੈਂਸ ਐਡ ਕੀਤਾ ਇਟ ਇਜ਼ ਬਲੀਵਡ ਬਾਈ ਫਿਊ ਅਨਡਿਵੀਜ਼ਲ ਠੀਕ ਆ ਤਾਂ ਇਥੋਂ ਤੱਕ ਇਹ ਕੀ ਹੋ ਗਿਆ ਆਪਣਾ ਜਿਹੜਾ ਇਨਡੈਫਿਨਿਟ ਜਿਹੜਾ ਪੈਸਿਵ ਸੈਂਟੈਂਸ ਹੋ ਗਿਆ बिकॉज़ ਦੇਖੋ ਆਪਣੇ ਕੋਲੇ ਸਿੱਧਾ ਆਪ ਨੂੰ ਦਿੱਤਾ ਗਿਆ ਸਮ ਪੀਪਲ ਤਾਂ ਇਹ ਚੀਜ਼ ਤੁਸੀਂ ਨੋਟ ਕਰ ਲਓ ਜਦੋਂ ਵੀ ਤੁਸੀਂ ਇੰਟਰੋ ਸਟਾਰਟ ਕਰਨੀ ਹੈ ਠੀਕ ਆ ਮੱਲ ਤੁੱਕਾ ਦੱਸ ਰਹੀ ਹੈਗੀਆਂ ਟਿਪਸ ਦੱਸ ਰਹੀ ਹੈਗੀਆਂ ਰਾਈਟਿੰਗ ਦੇ ਲਈ ਕਿਉਂਕਿ ਕਾਫੀ ਬੱਚੇ ਨੂੰ ਹੋਏਗਾ ਕਿ ਰਾਈਟਿੰਗ ਦੇ ਮਤਲਬ ਕਿ ਹੈ ਨਾ ਸੈਂਟੈਂਸ ਵੇਰੀਏਸ਼ਨ ਚ ਪ੍ਰੋਬਲਮ ਆ ਰਹੀ ਆ ਤਾਂ ਤੁਹਾਨੂੰ ਪਤਾ ਨਹੀਂ ਚੱਲਦਾਗਾ ਦੇਖੋ ਜਿਹੜੀ ਵੀ ਆਲਮੋਸਟ ਜੇ ਆਪਾਂ ਕਹੀਏ ਗੱਲ ਕਰੀਏ ਸਟੇਟਮੈਂਟ ਦੀ ਤਾਂ ਸਟੇਟਮੈਂਟ ਕਿੱਥੋਂ ਸਟਾਰਟ ਹੁੰਦੀ ਹੁੰਦੀ ਹੈ ਸਮ ਪੀਪਲ ਬਲੀਵ ਥੈਟ ਠੀਕ ਆ ਸਮ ਪੀਪਲ ਥਿੰਕ ਥੈਟ ਕਾਫੀ ਸਟੇਟਮੈਂਟ ਜਿਹੜੀ ਇਦਾਂ ਹੀ ਸਟਾਰਟ ਹੁੰਦੀ ਹੈ ਕੋਈ ਰੇਅਰ ਚਾਂਸ ਹੁੰਦੀ ਹੈ ਜਦੋਂ ਨਹੀਂ ਸਟਾਰਟ ਹੁੰਦੀ ਜੇ ਤੁਹਾਡੀ ਇਦਾਂ ਸਟਾਰਟ ਹੁੰਦੀ ਹੈ ਤਾਂ ਤੁਸੀਂ ਸਿੰਪਲੀ ਇਹ ਲਾਈਨ ਕਾਪੀ ਕਰ ਲਓ ਇਟ ਇਜ਼ ਬਲੀਵਡ ਬਾਈ ਫਿਊ ਇੰਡੀਵਿਜੂਅ ਤਾਂ ਇਸ ਤਰੀਕੇ ਨਾਲ ਕਹਨਾ ਮਤਲਬ ਕਿ ਸਟਾਰਟਿੰਗ ਦੇ ਵਿੱਚ ਹੀ ਜਦੋਂ ਤੁਸੀਂ ਪੈਸਿਵ ਸੈਂਟੈਂਸ ਐਡ ਕਰੋਗੇ ਇੰਟਰੋ ਦੇ ਵਿੱਚ ਤੇ ਇਹ ਬਹੁਤ ਜ਼ਿਆਦਾ ਜਿਹੜਾ ਇਮਪ੍ਰੈਸ਼ਨ ਵਧੀਆ ਪਾਊਗਾ ਠੀਕ ਆ ਤਾਂ ਉਸ ਤੋਂ ਬਾਅਦ ਤੁਸੀਂ ਕੀ ਲਿਖਿਆ despite having some bodies ਠੀਕ ਆ ਤਾਂ ਹੁਣ despite ਜਿਹੜਾ ਆਪਣੇ ਕੋਲੇ ਕੰਪਲੈਕਸ ਸੈਂਟੈਂਸ ਹੈਗਾ ਤਾਂ ਇੰਟਰੋ ਵਿੱਚ ਟਰਾਈ ਕਰੋ ਹਮੇਸ਼ਾ ਕਿ ਤੁਸੀਂ ਇੱਕ ਪੈਸਿਵ ਐਂਡ ਇੱਕ ਕੰਪਲੈਕਸ ਸੈਂਟੈਂਸ ਜ਼ਰੂਰ ਐਡ ਕਰੋ ਠੀਕ ਆ ਤਾਂ ਇਹ ਜਿਹੜਾ ਮੈਂ ਤੁਹਾਨੂੰ ਸਟਰਕਚਰ ਦੱਸ ਰਹੀ ਹੈਗੀ ਹੈ 7+ ਦਾ ਹੈ ਠੀਕ ਆ ਜੇ ਤੁਸੀਂ ਇਸ ਤਰੀਕੇ ਨਾਲ ਤਿਆਰੀ ਕਰਕੇ ਚਲੋਗੇ ਤਾਂ 6.5 7 ਤੋਂ نیچے ਨਹੀਂ ਜਾਂਦੇ ਹੈ ਠੀਕ ਆ ਤਾਂ ਆਪਾਂ ਕੀ ਕੀ ਪਹਿਲਾਂ ਪੈਸਿਵ ਐਡ ਕਰ ਦਿੱਤਾ ਉਸ ਤੋਂ ਬਾਅਦ ਆਪਾਂ ਕੀ ਕੀਤਾ despite having somebody's ਠੀਕ ਆ ਤਾਂ ਉੱਥੇ ਆਪਾਂ ਨੂੰ ਫਰੈਂਡਸ ਕਿਹਾ ਸੀ ਨਾ ਤਾਂ ਆਪਾਂ ਫਰੈਂਡਸ ਦਾ ਕਰ ਦਿੱਤਾ ਬੜੀਜ਼ ਠੀਕ ਆ ਵਰਡ ਚੇਂਜ ਕਰ ਦਿੱਤਾ ਆਪਾਂ ਕਿ ਦੇਸਪਾਈਟ ਹੈਵਿੰਗ ਸਮ ਬੜੀਜ਼ ਕੁਝ ਫਰੈਂਡਸ ਹੋਣ ਦੀ ਜਗ੍ਹਾ ਤੇ ਹੋਣ ਦੇ ਬਾਵਜੂਦ ਵੀ ਠੀਕ ਆ ਫੈਮਿਲੀ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਹਿਊਮਨ ਲਾਈਫ ਠੀਕ ਆ ਆਪਾਂ ਕਹਿਆ ਕਿ ਜਿਹੜੀ ਫੈਮਿਲੀ ਉਹ ਫਿਰ ਵੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਚਾਹੇ ਕੁਝ ਫਰੈਂਡ ਹੈਗੇ ਆਪਣੇ ਠੀਕ ਆ ਇਹੀ ਆਪਾਂ ਨੂੰ ਸਟੇਟਮੈਂਟ ਨੇ ਕਿਹਾ ਸੀਗਾ ਕਿ ਫੈਮਿਲੀ ਮੈਂਬਰ ਜ਼ਿਆਦਾ ਇੰਪੋਰਟੈਂਟ ਆ ਫਰੈਂਡਸ ਨਾਲੋਂ ਠੀਕ ਆ ਤੇ ਆਪਾਂ ਵੀ ਉਹੀ ਗੱਲ ਕਹਿ ਦਿੱਤੀ ਠੀਕ ਆ ਇਹ ਹੋਗੇ ਸੈਂਟੈਂਸ ਟੂ ਸੈਂਟੈਂਸ ਰੀਫਰੇਜ਼ ਜਿਹੜੇ ਬੱਚੇ ਵਰਡ ਟੂ ਵਰਡ ਰੀਫਰੇਜ਼ ਕਰਦੇ ਹੈਗੇ ਉਹ 6 ਤੱਕ ਹੀ ਜਾਂਦੀ ਹੈਗੀ ਆ ਠੀਕ ਆ ਤਾਂ ਉਹ ਹੁੰਦਾ ਜਦੋਂ ਹੁਣ ਆਪਣੇ ਕੋਲ ਲਿਖਿਆ ਸਮ ਪੀਪਲ ਤਾਂ ਆਪਾਂ ਲਿਖ ਦਿੱਤਾ ਫਿਊ ਇੰਡੀਵਿਜੂਅਲ ਠੀਕ ਆ ਤਾਂ ਮਤਲਬ ਕਿ ਇੱਕ ਇੱਕ ਵਰਡ ਤੁਸੀਂ ਜਿਹੜਾ نیچے-níche ਲੈ ਕੇ ਆਂਦਾ ਉਸ ਤਰੀਕੇ ਨਾਲ ਠੀਕ ਆ ਉਹ ਹੁੰਦੀ ਹੈ ਆਪਣੀ ਵਰਡ ਟੂ ਵਰਡ ਰੀਫਰੇਸ ਜਿਹੜੀ ਆਪਾਂ ਸੈਂਟੈਂਸ ਟੂ ਸੈਂਟੈਂਸ ਕਰਦੇ ਹੁ ਆਪਣੀ 7 ਪਲੱਸ ਤੱਕ ਜਾਂਦੀ ਹੈ ਠੀਕ ਆ ਤਾਂ ਇਹਦੇ ਬਾਅਦ ਕੀ ਆਪਣੇ ਕੋਲੇ ਹੁਣ ਆਪਾਂ ਥੀਸਿਸ ਲਾਈਨ ਦੱਸਣੀ ਹੈ ਦੇਖੋ ਮੈਂ ਜਿਹੜੀ ਇੰਟਰੋ ਆਪਣਾ ਦੋ ਲਾਈਨ ਚ ਦਿੱਤੀ ਤਾਂ ਆਪਣੀ ਵੀ ਇੰਟਰੋ ਜਿਹੜੀ ਜਸਟ ਦੋ ਲਾਈਨਸ ਹੀ ਬਣੀ ਹੈਗੀ ਆ ਠੀਕ ਆ ਤਾਂ ਇਹਦੀ ਕੋਈ ਵਾਰੀ ਗੱਲ ਨਹੀਂ ਕਿ ਲੈਂਥ ਜਿਹੜੀ ਘੱਟ ਜੂਗੀ ਕੋਈ ਪ੍ਰੋਬ ਤਾਂ ਹੁਣ ਆਪਾਂ ਅੱਗੇ ਕੀ ਥੀ ਸੀ ਲਾਈਨ ਦਿੱਤੀ ਆ ਆਈ ਐਗਰੀ ਵਿਦ ਥਿਸ ਸੈਡ ਨੋਸ਼ਨ ਠੀਕ ਆ ਮੈਂ ਐਗਰੀ ਆ ਇਸ ਜਿਹੜਾ ਸੈਡ ਨੋਸ਼ਨ ਆ ਨੋਸ਼ਨ ਹੁੰਦਾ ਜਿਹੜਾ opinion ਜਿਹੜੀ ਸਟੇਟਮੈਂਟ ਦਿੱਤੀ ਗਈ ਆ ਠੀਕ ਆ because family members not only provide right direction in life देखो ਹੁਣ ਇਹ ਹੁੰਦੀ ਆਪਣੇ ਕੋਲੇ ਜਿਹੜੀ ਥੀਸਿਸ ਲਾਈਨ ਇੱਕ ਦੋ ਤਰ੍ਹਾਂ ਦੀਆਂ ਥੀਸਿਸ ਲਾਈਨ ਹੁੰਦੀਆਂ ਆਪਣੇ ਕੋਲੇ ਇੱਕ ਦੇ ਵਿੱਚ ਆਪਾਂ ਦੋਨੋਂ ਪੁਆਇੰਟ ਮੈਂਸ਼ਨ ਕਰ ਦਿੰਨੇ ਕਿ ਅਸੀਂ ਬੀਪੀ 1 ਚ ਕੀ ਲਿਖਣਾ ਬੀਪੀ 2 ਚ ਕੀ ਲਿਖਣਾ ਠੀਕ ਆ ਤੇ ਇੱਕ ਦੇ ਵਿੱਚ ਤੁਸੀਂ ਸਿੰਪਲੀ ਲਿਖ ਦਿੰਦੇ ਹੁੰਦੇ ਆ ਕਿ ਮੈਂ ਜਿਹੜਾ ਰੀਜ਼ਨ ਡਿਸਕਸ ਕਰੂੰਗਾ ਅਪਕਮਿੰਗ ਪੈਰਾਗ੍ਰਾਫਸ 'ਚ ਠੀਕ ਆ ਤਾਂ ਇੱਥੇ ਆਪਾਂ ਤੀਜੀ ਲਾਈਨ ਜਿਹੜੀ ਦਿੱਤੀ ਹੈਗੀ ਆ ਆਪਾਂ ਦੱਸਦਾ ਕਿ ਬੀਪੀ 1 ਚ ਮੈਂ ਕੀ ਕਰਨਾ ਬੀਪੀ 2 ਚ ਕੀ ਕਰਨਾ ਠੀਕ ਆ ਆਈ ਐਗਰੀ ਵਿਦ ਥਿਸ ਸੈਟ ਨੋਸ਼ਨ ਮੈਂ ਸੈਟ ਨੋਸ਼ਨ ਨਾਲ ਐਗਰੀ ਹੈਗਾ ਬਿਕੋਜ਼ ਫੈਮਿਲੀ ਮੈਂਬਰਸ ਨਾਟ ਓਨਲੀ ਠੀਕ ਆ ਨਾਟ ਓਨਲੀ ਬਟ ਆਲਸੋ ਇੱਕ ਸੈਂਟੈਂਸ ਟਾਈਪ ਆ ਜਦੋਂ ਤੁਸੀਂ ਦੋ ਚੀਜ਼ਾਂ ਇਕੱਠੀਆਂ ਮੈਂਸ਼ਨ ਕਰਨੀਆਂ ਹੋਣ ਉਦੋਂ ਤੁਸੀਂ ਕੀ ਕਹਿੰਦੇ ਆ ਨਾਟ ਓਨਲੀ ਬਟ ਆਲਸੋ ਇਹ ਕੱਲਾ ਸਿਰਫ ਆਹੀ ਨਹੀਂ ਨਾਲ ਇਹਦੇ ਆ ਵੀ ਪ੍ਰੋਵਾਈਡ ਕਰਦਾ ਠੀਕ ਆ ਇਸ ਤਰੀਕੇ ਨਾਲ ਆਪਾਂ ਕੀ ਦੱਸਤਾ ਕਿ ਜਿਹੜੀ ਫੈਮਿਲੀ ਮੈਂਬਰ ਨਾਟ ਓਨਲੀ ਪ੍ਰੋਵਾਈਡ ਰਾਈਟ ਡਾਇਰੈਕਸ਼ਨ ਜਿਹੜੇ ਫੈਮਿਲੀ ਮੈਂਬਰਸ ਉਹ ਰਾਈਟ ਡਾਇਰੈਕਸ਼ਨ ਹੀ ਨਹੀਂ ਗੱਲ ਇਹ ਪ੍ਰੋਵਾਈਡ ਕਰਾਉਂਦੇ ਹੈਗੇ ਕਿ ਇਨ ਲਾਈਫ ਬਟ ਆਲਸੋ ਗਿਵ ਫਾਈਨੈਂਸ਼ੀਅਲ ਸਪੋਰਟ ਫਾਈਨੈਂਸ਼ੀਅਲ ਸਪੋਰਟ ਵੀ ਦਿੰਦੇ ਹੈਗੇ ਆ ਠੀਕ ਆ ਮਤਲਬ ਹੁਣ ਆਪਾਂ 2 ਪੁਆਇੰਟ ਲਿਖਨੇ ਆ ਬੀਪੀ 1 ਦੇ ਵਿੱਚ ਇਹ ਦੱਸਣਾ ਕਿ ਹਮੇਸ਼ਾ ਜਿਹੜੀ ਫੈਮਿਲੀ ਮੈਂਬਰ ਉਹ ਜ਼ਿਆਦਾ ਵਧੀਆ ਗਾਈਡ ਕਰਦੀ ਐ ਐਸ ਕੰਪੇਅਰ ਟੂ ਫਰੈਂਡਸ ਠੀਕ ਆ ਤੇ ਆਪਾਂ ਸੈਕੰਡ ਬੀਪੀ 'ਚ ਕੀ ਲਿਖਣਾ ਕਿ ਜਿਹੜੀ ਫਾਈਨੈਂਸ਼ੀਅਲ ਸਪੋਰਟ ਹੁੰ ਹੁਣ ਆਪਾਂ ਸਟਾਰਟ ਕਰਦੇ ਹੈਗੇ ਆ ਬੀਪੀ ਫਰਸਟ ਠੀਕ ਆ ਤਾਂ ਬੀਪੀ ਦੇ ਸਟਰਕਚਰ ਦੇ ਲਈ ਬੀਪੀ ਦੇ ਲਈ ਆਪਾਂ ਜਿਹੜੀਆਂ ਚੀਜ਼ਾਂ ਕਿਹੜੀਆਂ ਐਡ ਕਰਨੀ ਹੁੰਦੀਆਂ ਫਸਟ ਆਫ 올 ਤੁਸੀਂ ਬੇਸਿਕ ਲਾਈਨ ਦੇਣੀ ਹੁੰਦੀ ਹੈ ਠੀਕ ਆ ਲਾਈਕ ਕੁਝ ਵੀ ਦੇ ਸਕਦੇ ਹੋ ਤੁਸੀਂ ਦੇਰ ਆ ਸੈਵਰ ਇਨ ਬਿਹਾਈਂਡ ਦਿਸ ਕੁਝ ਵੀ ਹੈ ਨਾ ਜੋ ਵੀ ਤੁਹਾਨੂੰ ਵਧੀਆ ਲੱਗਦਾ ਜਾਂ ਤੁਹਾਡੇ ਸੂਟੇਬਲ ਹੈਗੀ ਐਸੇ ਦੇ ਨਾਲ ਉਹ ਤੁਸੀਂ ਇੱਕ ਬੇਸਿਕ ਲਾਈਨ ਦਿੱਤੀ ਉਸ ਤੋਂ ਬਾਅਦ ਤੁਸੀਂ ਟਾਸਕ ਸਟੇਟਮੈਂਟ ਲਾਈਕ ਤੁਹਾਡਾ ਮੇਨ ਆਈਡੀਆ ਕੀ ਹੈ ਜਿੱਦਾਂ ਹੁਣ ਆਪਾਂ ਦੱਸਿਆ ਹੈਗਾ ਕਿ ਗਾਈਡੈਂਸ ਠੀਕ ਆ ਮਤਲਬ ਵੀ ਡਾਇਰੈਕਸ਼ਨ ਦਿੰਦੇ ਆ ਰਾਈਟ ਡਾਇਰੈਕਸ਼ਨ ਤਾਂ ਉਹ ਆਪਣਾ ਜਿਹੜਾ ਮੇਨ ਆਈਡੀਆ ਹੋ ਗਿਆ ਉਸ ਤੋਂ ਬਾਅਦ ਐਲੈਬੋਰੇਟ ਠੀਕ ਆ ਤਾਂ ਫਿਰ ਤੁਸੀਂ ਕੀ ਕਰਨਾ ਹੈਗਾ ਐਗਜ਼ਾਮਪਲ ਦੇਣੀ ਹੈ ਐਗਜ਼ਾਮਪਲ ਤੋਂ ਬਾਅਦ ਤੁਸੀਂ ਕੀ ਰਿਜ਼ਲਟ ਦੇਣਾ ਠੀਕ ਹੈ ਇਹ ਆਪਣੀਆਂ ਜਿਹੜੀਆਂ ਸਟਰਕਚਰ ਆ ਬੀਪੀ 1 ਦਾ ਠੀਕ ਆ ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਹਰ ਇੱਕ ਤੁਸੀਂ ਚੀਜ਼ ਦੇ ਲਈ ਇੱਕ ਕਨੈਕਟਰ ਯੂਜ਼ ਕਰਨਾ ਕਨੈਕਟਰ ਐਸੇ ਦੇ ਵਿੱਚ ਕਨੈਕਟੀਵਿਟੀ ਲੈ ਕੇ ਆਉਂਦਾ ਹੈ ਬਹੁਤ ਜ਼ਰੂਰੀ ਪਾਰਟ ਆ ਠ तो हूँ आप स्टार्ट करते हैं टू एम्बारकॉन ठीक है जो स्टार्ट कर रहे हैं टू बिगन विद ला दोबारकॉन ला दो ठीक है एक कनैक्टर हैगा जो बीपी वन स्टार्ट करते कर हैं सैकंड नहीं यूज़ करना जो फस्ट स्टार्ट करते हैं बीपी उद ला सकते हैं टू एम्बारकॉन और टू बिगन विद ठीक है हूँ आप बेसिक लाइन लिखण लगे देर आर सैवरल बेनीफिट्स ठीक है बहुत जो बेनीफिट्स आ कैन बी अटेन्ड विद दैल्प ऑफ ਫੈਮਿਲੀ سپورਟ ਠੀਕ ਆ ਜਿਹੜੇ ਬੈਨੀਫਿਟਸ ਉਹ ਮਤਲਬ ਅਟੇਨ ਕੀਤੇ ਜਾਂਦੇ ਆ ਫੈਮਿਲੀ ਦੀ سپورਟ ਨਾਲ ਠੀਕ ਆ ਹੁਣ ਆਪਾਂ ਦੱਸਣਾ ਕਿ ਫੈਮਿਲੀ ਕਿਉਂ ਇੰਪੋਰਟੈਂਟ ਆ ਉਹ ਦੱਸਣਾ ਆਪਾਂ ਹੁਣ ਇਹ ਹੋ ਗਈ ਆਪਣੀ ਬੇਸਿਕ ਲਾਈਨ ਉਸ ਤੋਂ ਬਾਅਦ ਕੀ ਕਰਨਾ ਹੈਗਾ ਕਿ ਆਪਾਂ ਟਾਸਕ ਸਟੇਟਮੈਂਟ ਦੇਣੀ ਹੈਗੀ ਠੀਕ ਆ ਬੇਸਿਕ ਲਾਈਨ ਚ ਦੱਸਤਾ देयर ਆਰ several benefits can be attained with the help of family support ਠੀਕ ਆ ਤਾਂ ਹੁਣ ਆਪਾਂ ਦੱਸਤਾ ਉਸ ਤੋਂ ਬਾਅਦ ਕੀ ਆਪਣਾ ਹੋ ਗਿਆ ਟਾਸਕ ਸਟੇਟਮੈਂਟ ਟਾਸਕ ਸਟੇਟਮੈਂਟ ਲਈ ਵੀ ਇੱਕ ਕਨੈਕਟਰ ਆਪਾਂ ਨੂੰ ਚਾਹੀਦਾ ਹੋਊਗਾ ਫਰਸਟ ਐਂਡ ਫਾਰਮੋਸਟ ਠੀਕ ਆ ਪਹਿਲਾ ਜਿਹੜਾ ਕੀ ਹੈ ਇੰਪੋਰਟੈਂਟ ਹੋਊਗਾ ਇਸ ਸੂਟੇਬਲ ਗਾਈਡੈਂਸ ਠੀਕ ਆ ਗਾਈਡੈਂਸ ਆਪਾਂ ਜਿਹੜਾ ਪਹਿਲਾ ਪੁਆਇੰਟ ਇਹੀ ਦੱਸਿਆ ਨਾ ਤਾਂ ਹੁਣ ਇਹਨੂੰ ਐਲੈਬੋਰੇਟ ਕਰਨਾ ਕਿ ਕਿਸ ਤਰੀਕੇ ਨਾਲ ਜਿਹੜਾ ਗਾਈਡੈਂਸ ਇੱਕ ਪੁਆਇੰਟ ਬਣਦਾ ਆਪਣਾ ਠੀਕ ਆ ਉਸ ਤੋਂ ਬਾਅਦ ਤੁਸੀਂ ਕਨੈਕਟਰ ਯੂਜ਼ ਕਰਨਾ ਜਦੋਂ ਫਿਰ ਐਲੈਬੋਰੇਸ਼ਨ ਕਰਨੀ ਉਹਦੇ ਵੀ ਇੱਕ ਕਨੈਕਟਰ ਠੀਕ ਆ ਟੂ ਐਲੈਬੋਰੇਟ ਠੀਕ ਆ ਮਤਲਬ ਮੈਂ ਇਹਨੂੰ ਐਲੈਬੋਰੇਟ ਕਰਨ ਜਾ ਰਿਹਾ ਐਕਸਪਲੇਨ ਕਰਨ ਜਾ ਤੁਸੀਂ ਕਿਹਾ ਇਫ ਚਿਲड्रन ਹੈਵ ਸਟਰੋਂਗ ਬੌਂਡਿੰਗ ਵਿਦ देयर ਪੇਰੈਂਟਸ ਠੀਕ ਹੈ ਜੇ ਤਾਂ ਜੇਕਰ ਜਿਹੜੇ ਚਿਲड्रन ਹੋਣਗੇ ਉਹਨਾਂ ਦੀ ਕੀ ਹੋਊਗੀ ਸਟਰੋਂਗ ਬੌਂਡਿੰਗ ਹੋਊਗੀ ਵਿਦ देयर ਪੇਰੈਂਟਸ ਦੈਨ ਦੇ ਕੈਨ share their ins and outs with their members without any hesitation theek hai hun elaboration de vich ki dassiye pehla ta dekh lo tusi sentence type sentence type ki hogi apni condition wali theek hai jadon if and then da use karde hai conditional sentence hunde hai theek hai ta je kisi student nu conditional sentence de vich problem aundi hai ta oh di video jehdi channel te hai gi dekh sakde hai 3 types de hunde hai apne kole conditional sentence oh changi tarah samjhay gaye hai theek hai ਤਾਂ ਦੇਖੋ ਆਪਾਂ ਦੱਸਤਾ ਇਫ ਜੇਕਰ ਇਹਦੇ ਵਿੱਚ ਕੰਡੀਸ਼ਨ ਸੈਂਟੈਂਸ ਦੇ ਵਿੱਚ ਆਪਣੇ ਕੋਲੇ ਇਦਾਂ ਹੁੰਦਾ ਕਿ ਪਹਿਲਾਂ ਕੰਡੀਸ਼ਨ ਦੱਸੀ ਗਈ ਹੋਣੀ ਉਸ ਤੋਂ ਬਾਅਦ ਹੁੰਦਾ ਕਿ ਇਦਾਂ ਹੋਏਗਾ ਠੀਕ ਆ ਕਹਿੰਦੇ ਵੀ ਜੇਕਰ ਜਿਹੜਾ ਸਟੂਡੈਂਟ ਮਤਲਬ ਚਿਲड्रन ਹੈਗੇ ਉਹਨਾਂ ਦਾ ਸਟਰੋਂਗ ਬੌਂਡਿੰਗ ਹੋਊਗਾ ਵਿਦ देयर ਪੇਰੈਂਟਸ ਦੇ ਤਾਂ ਉਹ ਕੀ ਕਰ ਸਕਦੇ ਆਪਣੀਆਂ ਇਨਸ ਐਂਡ ਆਊਟਸਾਈਡਿੰਗਾਂ ਸ਼ੇਅਰ ਕਰ ਸਕਦੇ ਹਰ ਇੱਕ ਗੱਲ ਠੀਕ ਆ ਇਨਸ ਐਂਡ ਆਊਟ ਜੋ ਅੰਦਰ ਆਪਣੇ ਬਾਹਰ ਜੋ ਸਾਰੀਆਂ ਗੱਲਾਂ ਆਪਣੀਆਂ ਠੀਕ ਆ ਉਹ ਸ਼ੇਅਰ ਕਰ ਸਕਦੇ ਆ ਵਿਦ देयर ਮੈਂਬਰਸ ਵਿਦਾਊਟ ਐਨੀ ਹੈਜ਼ਿਟੇਸ਼ਨ ਕਿਸੇ ਵੀ ਹੈਜ਼ਿਟੇਸ਼ਨ ਤੋਂ ਬਿਨਾਂ ਠੀਕ ਆ which makes them able to follow the guidance of their guardians ਠੀਕ ਆ ਤੇ ਗਾਰਡੀయన్స్ ਇੱਕ ਪੇਰੈਂਟਸ ਲਈ ਯੂਜ਼ ਕੀਤਾ ਜਾਂਦਾ ਹੈਗਾ ਠੀਕ ਆ ਤਾਂ ਤੁਸੀਂ ਲਿਖ ਸਕਦੇ ਹੈਗੇ ਆ ਕਿ which makes them ਮਤਲਬ ਜਿਹੜਾ ਉਹ ਜਦੋਂ ਸ਼ੇਅਰ ਕਰਨਗੇ ਆਪਣੀ ਇਨਸਟੈਂਸ ਆਊਟs ਠੀਕ ਆ ਤਾਂ ਉਹਦੇ ਨਾਲ ਕੀ ਹੋਊਗਾ ਉਹਨਾਂ ਨੂੰ ਇਹ ਚੀਜ਼ ਕੀ ਬਣਾ ਦਊਗੀ ਏਬਲ ਕਰ ਦਊਗੀ ਕਿ ਉਹ ਆਪਣੇ ਜਿਹੜੇ ਪੇਰੈਂਟਸ ਦੀ ਜਿਹੜੀ ਗਾਈਡੈਂਸ ਨੂੰ ਫਾਲੋ ਕਰਨ ਠੀਕ ਆ ਤਾਂ ਉਹ ਤੋਂ ਬਾਅਦ ਕੀ ਆਪਣੇ ਕੋਲੇ ਹੁਣ ਆਪਾਂ ਜਿਹੜਾ ਬੇਸਿਕ ਲਾਈਨ ਟਾਸਕ ਸਟੇਟਮੈਂਟ ਐਂਡ ਐਲੈਬੋਰੇਸ਼ਨ ਕਰ ਦਿੱਤੀ ਹੁਣ ਆਪਾਂ ਕਰਨਾ ਹੈਗਾ ਐਗਜ਼ਾਮਪਲ ਐਗਜ਼ਾਮਪਲ ਲਈ ਕੀ ਕਰਾਂਗੇ ਫੋਰਨ ਸਟਾਂਸ ਅ ਸਰਵੇ ਵਾਸ ਕੰਡਕਟਡ ਬਾਈ ਬੀਬੀਸੀ ਨਿਊਜ਼ ਚੈਨਲ ਠੀਕ ਆ ਬਹੁਤ ਸਾਰੇ ਸਟੂਡੈਂਟ ਨੂੰ ਐਗਜ਼ਾਮਪਲ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਦੇਖੋ ਐਗਜ਼ਾਮਪਲ ਚ ਤੁਸੀਂ ਕੋਈ ਵੀ ਸਰਵੇ ਪਾ ਸਕਦੇ ਆ ਕਿਸੇ ਵੀ ਵੱਲੋਂ ਕੰਡਕਟ ਕੀਤਾ ਗਿਆ ਤੁਸੀਂ ਪਾ ਸਕਦੇ ਆ ਨਾਲ ਤੁਸੀਂ ਟਾਈਮ ਪੀਰੀਅਡ ਵੀ ਦੱਸ ਸਕਦੇ ਹੈਗੇ ਠੀਕ ਆ ਲਾਈਕ ਜੇ ਐਸੇ এনवायरमेंट ਤੇ ਹੈਗਾਗਾ ਤਾਂ ਤੁਸੀਂ এনवायरमेंट ਡਿਪਾਰਟਮੈਂਟ ਪਾ ਦਿਓ ਠੀਕ ਹੈ ਜੇ ਐਸੇ ਹੈਲਥ ਤੇ ਹੈਗਾਗਾ ਤਾਂ ਤੁਸੀਂ ਲਿਖ ਦਿਓ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਇਹ ਕੀ ਹੈ ਕੰਡਕਟ ਕੀਤਾ ਗਿਆ ਸੀਗਾ ਸਰਵੇ ਠੀਕ ਹੈ ਤਾਂ ਇਸ ਤਰੀਕੇ ਨਾਲ ਐਗਜ਼ਾਮਪਲ ਤੁਸੀਂ ਐਡ ਕਰਨੀਆਂ ਐਗਜ਼ਾਮਪਲ ਹਮੇਸ਼ਾ ਜਿਹੜੀ ਪੈਸਿਵ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਮਤਲਬ ਜ਼ਰੂਰੀ ਨਹੀਂ ਹੈਗਾਗਾ ਵੀ ਪੈਸਿਵ ਦੇ ਵਿੱਚ ਹੋਣੀ ਇਹ ਪੈਸਿਵ ਦੇ ਵਿੱਚ ਤੁਹਾਨੂੰ ਤਾਂ ਕਿਹਾ ਵੀ ਤੁਹਾਡੇ ਪੱਕਾ ਇੱਕ ਹੈਬਿਟ ਬਣ ਜਾਵੇ ਵੀ ਜਦੋਂ ਵੀ ਹੈਗਾਗਾ ਕਿਉਂਕਿ ਸਮ ਟਾਈਮ ਸਟੂਡੈਂਟ ਜਿਹੜੇ ਭੁੱਲ ਜਾਂਦੇ ਹੈਗੇ ਕਿ ਮੈਂ ਜਿਹੜੀ ਵੈਰੀਏਸ਼ਨ ਐਡ ਕਰਨੀ ਆ ਸੈਂਟੈਂਸ ਜੁਰਤੋ ਦੇ ਇੱਕ ਪੱਕਾ ਆਦਤ ਬਣਾ ਲਈ ਹੈ ਨਾ ਹੈਬਿਟ ਬਣ ਗਈ ਤੁਹਾਡੀ ਕਿ ਮੈਂ ਜਿਹੜੀ ਐਗਜ਼ਾਮਪਲ ਨੂੰ ਪੈਸਿਵ ਚ ਐਡ ਕਰਨੀ ਆ ਇੰਟਰੋ ਪੈਸਿਵ ਤੋਂ ਹੀ ਸਟਾਰਟ ਕਰਨੀ ਆ ਤਾਂ ਠੀਕ ਆ ਫਿਰ ਉਹ ਦੇ ਵਿੱਚ ਆਪ ਨੂੰ ਹੈਲਪ ਹੋ ਜਾਂਦੀ ਕਿ ਆਪ ਭੁੱਲਦੇ ਨਹੀਂ ਹੈਗੇ ਠੀਕ ਆ ਤਾਂ ਹੁਣ ਕੀ ਆ ਹਮੇਸ਼ਾ ਤੁਸੀਂ ਇੱਕ ਆਪਾਂ ਸਰਵੇ ਪਾ ਦਿੰਨੇ ਹੁੰਨੇ ਆ ਸਟੱਡੀ ਪਾ ਦਿੰਨੇ ਹੁੰਨੇ ਆ ਠੀਕ ਆ ਜੇ ਆਪਾਂ ਨੂੰ ਐਗਜ਼ਾਮਪਲ ਨਹੀਂ ਆਉਂਦੀ ਪਹਿਲੀ ਗੱਲ ਕੋਸ਼ਿਸ਼ ਕਰੋ ਕਿ ਐਗਜ਼ਾਮਪਲ ਹੀ ਐਡ ਕਰਨੀ ਹੈ ਜੇ ਐਗਜ਼ਾਮਪਲ ਨਹੀਂ ਉਹਦੀ ਫਿਰ ਤੁਸੀਂ ਕੰਡੀਸ਼ਨ ਵੀ ਪਾ ਸਕਦੇ ਆ ਠੀਕ ਆ ਫੋਰ ਇਨਸਟੈਂਸ ਅ ਸਰਵੇ ਵਾਸ ਕੰਡਕਟਡ ਬਾਈ ਬੀਵੀਜ਼ ਨਿਊਜ਼ ਚੈਨਲ ਫਾਊਂਡ ਥੈਟ ਕੀ ਫਾਊਂਡ ਕੀਤਾ ਗਿਆ ਅੰਡਰ ਦਾ ਗਾਰਡਨਸ ਆਫ ਪੇਰੈਂਟਸ ਸਟੂਡੈਂਟ ਹੈਵ ਲੈਸ ਚਾਂਸ ਟੂ ਚੂਜ਼ ਰੋਂਗ ਪਾਥ ਐਜ਼ ਕੰਪੇਅਰ ਟੂ ਅਦਰ ਹੂ ਆਰ ਫਾਲੋਇੰਗ ਥੇਅਰ ਮੇਟਸ ਇੱਕ ਸਰਵੇ ਨੇ ਇਹ ਫਾਊਂਡ ਕੀਤਾ ਕਿ ਜਿਹੜੇ ਗਾਈਡੈਂਸ ਪੇਰੈਂਟਸ ਦੀ ਗਾਈਡੈਂਸ ਦੇ ਅੰਡਰ ਜਿਹੜੇ ਮਤਲਬ ਸਟੂਡੈਂਟ ਹੈਗੇ ਆ ਉਹਨਾਂ ਉਹਨਾਂ ਦੇ ਲੈਸ ਚਾਂਸ ਹੁੰਦੀ ਹੈ ਕਿ ਉਹ ਗਲਤ ਰਾਹ ਚੁਣਨ ਆਪਣੀ ਲਾਈਫ ਦੇ ਵਿੱਚ ਠੀਕ ਹੈ ਐਜ਼ ਕੰਪੇਅਰ ਟੂ ਕਿਹਨਾਂ ਨਾਲ ਕੰਪੈਰੀਜ਼ਨ ਕੀਤਾ ਉਹ ਸਟੂਡੈਂਟ ਜਿਹੜੇ ਆਪਣੇ ਮੇਟਸ ਮੇਟਸ ਹੁੰਦਾ ਜਿਹੜੇ ਤੁਹਾਡੇ ਫਰੈਂਡਸ ਜਾਨੀ ਕਿ ਆਪਣੇ ਹਨਾ ਆਪਾਂ ਕਹਿੰਦੇ ਕਲਾਸਮੇਟ ਆ ਮੇਰਾ ਹਨਾ ਤਾਂ ਉਸ ਤਰੀਕੇ ਨਾਲ ਉਹ ਮੀਟਸ ਜਿਹੜੇ ਆ ਜਿਹੜੇ ਆਪਣੇ ਮੀਟਸ ਨੂੰ ਫੋਲੋ ਕਰਦੇ ਆ ਠੀਕ ਆ ਮਤਲਬ ਹੁਣ ਜਿਹੜਾ ਐਜ਼ ਕੰਪੇਅਰ ਟੂ ਤੁਸੀਂ ਯੂਜ਼ ਕੀਤਾ ਇਹ ਆਪਣਾ ਇੱਕ ਕੰਪਲੈਕਸ ਸੈਂਟੈਂਸ ਆ ਠੀਕ ਆ ਤਾਂ ਹੁਣ ਦੇਖੋ ਪੈਸਿਵ ਵੀ ਐਡ ਕਰਦੇ ਜਾ ਰਹੇ ਆ ਕੰਪਲੈਕਸ ਵੀ ਐਡ ਕਰਦੇ ਜਾ ਰਹੇ ਆ ਉਦੋਂ ਵੀ ਆਪਾਂ ਜਿਹੜਾ ਕੰਡੀਸ਼ਨਲ ਸੈਂਟੈਂਸ ਵੀ ਐਡ ਕਰ ਦਿੱਤੇ ਠੀਕ ਆ ਤਾਂ ਫਿਰ ਆਪਣੇ ਕੋਲ ਜਿਹੜਾ ਆਪਣੇ ਬਟ ਆਲਸੋ ਵਾਲਾ ਵੀ ਆਪਾਂ ਸੈਂਟੈਂਸ ਜਿਹੜਾ ਐਡ ਕਰ ਦਿੱਤਾ ਤਾਂ ਵੇਰੀਏਸ਼ਨ ਆਪਾਂ ਜਿਹੜੇ ਨਾਲ ਦੀ ਨਾਲ ਐਡ ਕਰੀ ਜਾ ਰਹੇ ਆ ਆਪਾਂ ਟਾਸਕ ਦੇ ਵਿੱਚ ਜੇ ਤੁਸੀਂ ਇਸ ਤਰੀਕੇ ਨਾਲ ਟਾਸਕ ਲਿਖਦੇ ਆ ਤਾਂ ਕੋਈ ਇਦਾਂ ਹੈ ਹੀ ਨਹੀਂ ਚਾਂਸ ਹੀ ਨਹੀਂਗਾ ਕਿ ਤੁਹਾਡੇ ਜਿਹੜ ਤਾਂ ਆਪਣੇ ਕੋਲ ਕੀ ਹੈਗਾਗਾ ਇਥੋਂ ਆਪਾਂ ਜਿਹੜਾ ਐਜ਼ ਕੰਪੇਅਰ ਟੂ ਕੰਪਲੈਕਸ ਸੈਂਟੈਂਸ ਦੱਸ ਦਿੱਤਾ ਹੁਣ ਆਪਣੇ ਕੋਲ ਕੀ ਲਾਸਟ ਰਹਿ ਗਿਆ ਰਿਜ਼ਲਟ ਰਿਜ਼ਲਟ ਦੇ ਵਿੱਚ ਕੁਝ ਨਹੀਂ ਕਰਨਾ ਹੁੰਦਾ ਇੱਕ ਜਸਟ ਲਾਈਨ ਦੇ ਵਿੱਚ ਕੁਝ ਵੀ ਤੁਸੀਂ ਆਪਣੇ ਵੱਲੋਂ ਜਿਹੜਾ ਬੀਪੀ1 ਦੇ ਵਿੱਚ ਲਿਖਿਆ ਨੇ ਛੋੜ ਜਾ ਕੱਢ ਦਿਓ ਠੀਕ ਆ ਹੈਂਸ ਲਿਖਿਆ ਇੱਕ ਕਨੈਕਟਰ ਐਡ ਕੀਤਾ ਕਮਾ ਯੂਜ਼ ਕੀਤਾ ਉਹ ਤੋਂ ਬਾਅਦ ਕੀ ਲਿਖਤਾ ਫੈਮਲੀ ਇਜ਼ ਮੋਰ ਇੰਪੋਰਟੈਂਟ ਦੈਨ ਫਰੈਂਡਸ ਠੀਕ ਆ ਜਾਂ ਫਿਰ ਤੁਸੀਂ ਲਿਖ ਸਕਦੇ ਇਟ ਇਜ਼ ਕਲੀਅਰ ਦੈਟ ਫੈਮਲੀ ਇਜ਼ ਮੋਰ ਇੰਪੋਰਟੈਂਟ ਦੈਨ ਫਰੈਂਡਸ ਵੀ ਕਲੀਅਰ ਹੋ ਚੁੱਕਿਆ ਜੋ ਆਪਾਂ ਬੀਪੀ ਪੜ ਲਿਆ ਉਹ ਤੋਂ ਕਲੀਅਰ ਮਤਲਬ ਪਤਾ ਚੱਲਦਾ ਆਏਗਾ ਕਿ ਫੈਮਲੀ ਜ਼ਿਆਦਾ ਇੰਪੋਰਟੈਂਟ ਆ ਠੀਕ ਆ ਤਾਂ ਜਿਹੜਾ ਆਪਣੇ ਕੋਲੇ ਦੈਨ ਲਗਾਇਆ ਇਹ ਵੀ ਆਪਣਾ ਇੱਕ ਜਿਹੜਾ ਕੰਪਲੈਕਸ ਸੈਂਟੈਂਸ ਹੈ ਇਹ ਵੀ ਕੰਪੈਰੀਜ਼ਨ ਜਦੋਂ ਤੁਹਾਨੂੰ ਮਤਲਬ ਕਿ ਐਸੇ ਦੇ ਵਿੱਚ ਦੋ ਤਰ੍ਹਾਂ ਦੋ ਟਾਈਮ ਜਿਹੜਾ ਕੰਪੈਰੀਜ਼ਨ ਕਰਨਾ ਪੈਦਾ ਲੱਗ ਜਿਹਦਾ ਐਜ਼ ਕੰਪੇਅਰ ਟੂ ਐਂਡ THEN ਠੀਕ ਆ ਤਾਂ ਤੁਸੀਂ ਉਥੇ ਦੋ ਜਗ੍ਹਾ ਤੇ ਐਜ਼ ਕੰਪੇਅਰ ਟੂ ਐਜ਼ ਕੰਪੇਅਰ ਟੂ ਯੂਜ਼ ਕਰ ਨਹੀਂ ਜੇ ਤਾਂ ਇੱਕ ਥਾਂ ਤੇ THEN ਵੀ ਕਰ ਸਕਦੇ ਆ ਠੀਕ ਆ ਜਾਂ ਫਿਰ ਤੁਸੀਂ THEN ਦੋ ਜਗ੍ਹਾ ਤੇ ਯੂਜ਼ ਕਰਦੇ ਆ ਇੱਕ ਜਗ੍ਹਾ ਤੇ ਐਜ਼ ਕੰਪੇਅਰ ਟੂ ਵੀ ਕਰ ਸਕਦੇ ਆ ਹੁਣ ਉਸ ਤੋਂ ਬਾਅਦ ਕੀ ਆਪਾਂ ਚੱਲਦੇ ਆਂ ਸੈਕੰਡ ਪੁਆਇੰਟ ਲਈ ਐਗਰੀਓ ਤਾਂ ਫਿਰ ਤੁਸੀਂ ਸਾਰਾ ਐਸੇ ਕਨਕਲੂਜ਼ਨ ਤੱਕ ਐਗਰੀ ਹੀ ਲਿਖਣਾ ਬਿਲਕੁਲ ਪਾਰਸ਼ਲੀ ਨਹੀਂ ਜਾਣਾ ਹੈਗਾ ਠੀਕ ਆ ਕਾਫੀ ਸਟੂਡੈਂਟ ਪਾਰਸ਼ਲੀ ਜਾਂਦੇ ਆ ਬਟ ਇਹ ਨਹੀਂ ਸਹੀ ਨਹੀਂ ਹੈਗਾ ਠੀਕ ਆ ਤਾਂ ਉਹ ਤੋਂ ਬਾਅਦ ਦੇਖੋ ਅਨਦਰ ਪ੍ਰੋਮਿਨੈਂਟ ਰੀਜ਼ਨ ਇਜ਼ ਥੈਟ ਫੈਮਲੀ ਪਲੇਜ਼ ਅ ਕ੍ਰੂਸ਼ਲ ਰੋਲ ਇਨ ਦਾ ਅਪਬ੍ਰਿੰਗਿੰਗ ਆਫ ਚਿਲड्रन ਠੀਕ ਆ ਤਾਂ ਮਤਲਬ ਕੀ ਹੈਗਾ ਤੁਸੀਂ ਜਿਹੜੀ ਬੇਸਿਕ ਲਾਈਨ ਐਡ ਕਰ ਦਿੱਤੀ ਕਿ ਅਨਦਰ ਰੀਜ਼ਨ ਵਾਲੀ ਮੈਂ ਜਾ ਰਿਹਾ ਹੈਗਾ ਜਿਹੜੇ ਕਿ ਫੈਮਲੀ ਪਲੇ ਕਰਦੀ ਆ ਇੱਕ ਇੰਪੋਰਟੈਂਟ ਰੋਲ ਕਰਦੇ ਵਿੱਚ ਅਪਬ੍ਰਿੰਗਿੰਗ ਲਾਈਕ ਜਦੋਂ ਚਿਲड्रन ਵੱਧਦਾ ਹੈਗਾ ਉਹਦੇ ਵਿੱਚ ਜਿਹੜਾ ਇੱਕ ਵਧੀਆ ਜਿਹੜਾ ਰੋਲ ਪਲੇ ਕਰਦੀ ਆ ਠੀਕ ਆ ਹੁਣ ਜਿਹੜੇ ਕਨੈਕਟਡ ਤੁਸੀਂ BP1 ਦੇ ਵਿੱਚ ਯੂਜ਼ ਕੀਤੇ ਆ ਠੀਕ ਆ ਲਾਈਕ ਐਲੈਬੋਰੇਸ਼ਨ ਦੇ ਲਈ ਠੀਕ ਆ ਐਗਜ਼ਾਮਪਲ ਦੇ ਲਈ ਰਿਜ਼ਲਟ ਦੇ ਲਈ ਹੈ ਨਾ ਤਾਂ ਕੋਸ਼ਿਸ਼ ਕਰੋ ਕਿ ਉਹ ਤੁਸੀਂ ਅਵੋਇਡ ਕਰੋ ਠੀਕ ਆ BP2 ਦੇ ਵਿੱਚ ਲਾਈਕ ਉਹਦੂ ਵੱਖਰੇ ਕਰੋ ਠੀਕ ਆ ਤਾਂ ਹੁਣ ਆਪਣੇ ਕੋਲੇ ਕੀ ਆ ਆਪਾਂ ਜਿਹੜਾ 2 ਐਲੈਬੋਰੇਟ ਆਪਾਂ ਲਾਇਆ ਸੀ BP1 ਦੇ ਵਿੱਚ ਠੀਕ ਆ ਤਾਂ ਹੁਣ ਆਪਾਂ ਕੀ ਕਰ ਰਹੇ ਹੈਗੇ ਆ ਦੇਖੋ ਆਪਣਾ ਕੋਲੇ ਕੀ ਹੋ ਗਿਆ ਅਨਦਰ ਪ੍ਰੋਮੀਨੈਂਟ ਰੀਜ਼ਨ ਇਜ਼ दैट ਠੀਕ ਆ ਇੱਥੋਂ ਤੱਕ ਆਪਣੀ ਬੇਸਿਕ ਲਾਈਨ ਹੋ ਗਈ ਠੀਕ ਆ ਕਿ ਆਪਾਂ ਅਨਦਰ ਵੱਲੀ ਜਾ ਰਹੇ ਹੈਗੇ ਆ ਠੀਕ ਆ ਤਾਂ ਉਸ ਤੋਂ ਬਾਅਦ ਕੀ ਆਪਣੀ ਟਾਸਕ ਸਟੇਟਮੈਂਟ ਆਪਾਂ ਵਿੱਚ ਇਹ ਦੱਸ ਦਿੱਤਾ ਕਿ ਜਿਹੜਾ ਚਿਲड्रन ਦੇ ਵਧਨ ਫੁੱਲਣ ਦੇ ਵਿੱਚ ਕੀ ਹੈ ਜਿਹੜਾ ਫੈਮਿਲੀ ਬਹੁਤ ਵਧੀਆ ਜਿਹੜਾ ਰੋਲ ਪਲੇ ਕਰਦੀ ਹੈਗੀ ਹੈ ਠੀਕ ਆ ਇਹ ਹੋ ਗਿਆ ਆਪਣਾ ਸੈਕੰਡ ਠੀਕ ਆ ਤਾਂ ਇਹ ਇਹਦੇ ਵਿੱਚ ਆਪਾਂ ਕੀ ਦੱਸਣਾ ਹੈਗਾਗਾ ਇਹ ਦੇਖੋ ਇਦੇ ਵਿੱਚ ਆਪਾਂ ਬੀਪੀ 1 ਦੇ ਵਿੱਚ ਦੱਸਿਆ ਸੀਗਾ ਕਿ ਆਪਣੀ ਸੂਟੇਬਲ ਗਾਈਡੈਂਸ ਦਿੰਦੇ ਹੈਗੇ ਆ ਦੂਸਰੇ ਤੇ ਆਪਾਂ ਫਾਈਨੈਂਸ਼ੀਅਲ سپورਟ ਦੱਸਿਆ ਸੀ ਦੇਖੋ ਥੀਸਿਸ ਲਾਈਨ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ ਆਪਣੇ ਕੋਲ ਸੀਗਾ ਫਾਈਨੈਂਸ਼ੀਅਲ سپورਟ ਲਾਈਕ ਹੁਣ ਆਪਾਂ ਫਾਈਨੈਂਸ਼ੀਅਲ سپورਟ ਬਾਰੇ ਦੂਸਰੇ ਦੇ ਵਿੱਚ ਦੱਸਣਾ ਹੈਗਾ ਠੀਕ ਆ ਵੀ ਜਦੋਂ ਹੁਣ ਸਟੂਡੈਂਟ ਨੂੰ ਜਿੱਥੇ-ਜਿੱਥੇ ਮਤਲਬ ਕਿ ਫਾਈਨੈਂਸ਼ੀਅਲ سپورਟ ਦੀ ਜ਼ਰੂਰਤ ਹੁੰਦੀ ਉਹ ਫੈਮਿਲੀ ਮਤਲਬ ਕਿ ਦਿੰਦੀ ਹੈਗੀ ਠੀਕ ਆ ਉਸ ਤੋਂ ਬਾਅਦ ਤੁਸੀਂ ਕੀ ਕਨੈਕਟਰ ਯੂਜ਼ ਕੀਤਾ ਟੂ ਐਕਸਪਲੇਨ ਇਟ ਫਿਰ ਆਪਾਂ ਸਟਾਰਟ ਕਰਦੇ ਹਾਂ ਫ਼੍ਰੋਮ ਪ੍ਰਾਇਮਰੀ ਸਕੂਲ ਟੂ ਅਰਨਿੰਗ ਐਂਡ ਯੂਨੀਵਰਸਿਟੀ ਡਿਗਰੀ ਠੀਕ ਆ ਪ੍ਰਾਇਮਰੀ ਸਕੂਲ ਤੋਂ ਲੈ ਕੇ ਜਿੰਨੇ ਟਾਈਮ ਡਿਗਰੀ ਨਹੀਂ ਹਾਸਲ ਹੁੰਦੀ ਪੇਰੈਂਟਸ ਐਂਡ ਐਲਡਰ ਕੰਟਰੀਬਿਊਟ ਫਾਈਨੈਂਸ਼ੀਅਲੀ ਠੀਕ ਆ ਤਾਂ ਬਹੁਤ ਕੰਟਰੀਬਿਊਟ ਕਰਦੇ ਦੇਖੋ ਜਦੋਂ ਇੱਕ ਚਿਲड्रन ਹੈਗਾ ਪੜਦਾ ਹੈਗਾ ਤਾਂ ਉਦੋਂ ਉਹਦੇ ਕੋਲ ਕੋਈ ਕਿਸੇ ਟਾਈਪ ਦੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਨਹੀਂ ਹੁੰਦੀ ਠੀਕ ਆ ਤਾਂ ਉਹ ਨੂੰ ਕਿੱਥੋਂ ਮਿਲਦੀ ਹੈਗੀ ਫੈਮਿਲੀ ਤੋਂ ਹੀ ਮਿਲਦੀ ਹੈਗੀ ਹੈ ਨਾ ਤਾਂ ਹਰ ਜਗ੍ਹਾ ਤੇ ਆਪਾਂ ਨੂੰ ਜਿਹੜਾ ਫੈਮਿਲੀ ਆਪਣੇ ਨਾਲ ਖੜਦੀ ਇਸ ਲਈ ਆਪੇ ਇਹ ਦੱਸ ਰਹੇ ਹੈਗੇ ਆ ਕਿ ਜਦੋਂ ਮਤਲਬ ਕਿ ਡਿਗਰੀ ਲੈਣ ਤੱਕ ਜਿਹੜੇ ਆਪਣੇ ਪੇਰੈਂਟਸ ਹੁੰਦੇ ਆ ਨਾ ਐਲਡਰਸ ਹੁੰਦੇ ਹੈਗੇ ਆ ਉਹ ਕਿ ਬਹੁਤ ਕੰਟਰੀਬਿਊ ਕੰਟ੍ਰਿਬਿਊਟ ਕਰਦੇ ਆ ਠੀਕ ਆ ਫਾਈਨੈਂਸ਼ਲੀ ਤਾਂ ਉਸ ਤੋਂ ਬਾਅਦ ਕਿ ਥਿਸ سپورਟ ਕੈਨ ਨੋਟ ਬੀ ਅਟੇਂਡਡ ਬਾਈ ਫਰੈਂਡਸ ਆਪਾਂ ਨਾਲ ਇਹ ਵੀ ਦੱਸ ਦਿੱਤਾ ਪੈਸਿਵ ਦੇ ਵਿੱਚ ਸੈਂਟੈਂਸ ਐਡ ਕਰਕੇ ਇਹ ਦੱਸ ਦਿੱਤਾ ਕਿ ਫਰੈਂਡਸ ਦੁਆਰਾ ਇਹ ਜਿਹੜਾ ਪੋਸੀਬਲ ਨਹੀਂ ਹੈਗਾ ਠੀਕ ਆ ਦੇ ਕੋਈ ਇੱਕ ਸਟੂਡੈਂਟ ਹੈਗਾਗਾ ਹਨਾ ਮਤਲਬ ਕਿ ਪ੍ਰਾਇਮਰੀ ਸਕੂਲ ਦਾ ਸਟੂਡੈਂਟ ਹੈਗਾ ਤਾਂ ਆਫਕੋਰਸ ਉਹਦੇ ਜਿਹੜੇ ਫਰੈਂਡਸ ਹੋਣਗੇ ਉਹ ਵੀ ਜਿਹੜੇ ਪ੍ਰਾਇਮਰੀ ਸਕੂਲ ਦੇ ਹੋਣਗੇ ਤਾਂ ਫਿਰ ਉਹ ਆਪ ਕਿਸ ਤੇ ਡਿਪੈਂਡ ਹੈਗੀ ਇਸ ਲਈ ਉਹਨਾਂ ਨੂੰ ਉਹ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਦੇ ਸਕਦੇ ਠੀਕ ਆ ਤਾਂ ਫੈਮਿਲੀ ਹੀ ਦੇ ਸਕਦੀ ਆ ਤਾਂ ਇਸ ਤਰੀਕੇ ਨਾਲ ਆਪਾਂ ਇਹ ਗੱਲ ਜਿਹੜੀ ਐਕਸਪਲੇਨ ਕਰ ਦਿੱਤੀ ਉਦੋਂ ਬਾਅਦ ਕੀ ਆਪਾਂ ਐਗਜ਼ਾਮਪਲ ਦੇਣੀ ਆ ਹੁਣ ਐਗਜ਼ਾਮਪਲ ਦੇ ਲਈ ਫੋਰ ਇਨਸਟੈਂਸ ਆਪਾਂ BB1 ਯੂਜ਼ ਕੀਤਾ ਸੀ ਹੁਣ ਫੋਰ ਐਗਜ਼ਾਮਪਲ ਯੂਜ਼ ਕਰ ਰਹੇ ਹਾਂ ਕਨੈਕਟਰ ਠੀਕ ਆ ਇਨ ਇੰਡੀਆ ਜੰਗਸਟਰ ਆਰ ਮੋਰ ਕਨਸੀਡਰਡ ਟੂ ਫੈਮਲੀ ਦੈਨ ਫਰੈਂਡਸ ਠੀਕ ਹੈ ਜਿਹੜੇ ਆਪਾਂ ਕੀ ਦੱਸਤਾ ਕਿ ਜਿਹੜੇ ਜੰਗਸਟਰ ਹੈਗੇ ਆ ਉਹ ਕੀ ਜ਼ਿਆਦਾ ਕਰਦੇ ਆ ਫੈਮਲੀ ਨੂੰ ਕਨਸੀਡਰ ਕਰਦੇ ਆ ਦੈਨ ਫਰੈਂਡਸ ਬਿਕੋਜ਼ ਆਫ ਦਾ ਇਨਕਰੀਡੀਬਲ ਸਪੋਰਟ ਠੀਕ ਹੈ ਜਿਹੜੀ ਇੱਕ ਫਾਈਨੈਂਸ਼ੀਅਲ ਸਪੋਰਟ ਜਿਹੜੀ ਇੱਕ ਵਧੀਆ ਸਪੋਰਟ ਮਿਲਦੀ ਹੈਗੀ ਉਹਦੀ ਵਜ੍ਹਾ ਕਰਕੇ ਠੀਕ ਹੈ ਹੁਣ ਆਪਾਂ ਕੀ ਕੀਤਾ ਰਿਜ਼ਲਟ ਦੇ ਰਿਜ਼ਲਟ ਦੇ ਲਈ ਲਾਤਾ ਹੈਂਸ ਠੀਕ ਹੈ ਤਾਂ ਆਪਾਂ ਬੀਬੀ 1 ਦੇ ਵਿੱਚ ਵੀ ਹੈਂਸ ਲਗਾਇਆ ਸੀਗਾ ਹਨਾ ਤਾਂ ਹੁਣ ਇੱਥੇ ਤੁਸੀਂ ਜਿਹੜਾ ਹੈਂਸ ਦੀ ਜਗ੍ਹਾ ਤੇ ਐਜ਼ ਅ ਰਿਜ਼ਲਟ ਕਰ ਲਓ ਠੀਕ ਆ ਐਜ਼ ਅ ਰਿਜ਼ਲਟ ਕਿਉਂਕਿ ਕਨੈਕਟਰ ਰਿਪੀਟ ਨਹੀਂ ਹੋਣ ਦੇਣੇ ਆਪਾਂ ਇਹ ਗੱਲ ਦਾ ਖਾਸ ਧਿਆਨ ਰੱਖਣਾ ਠੀਕ ਆ ਇਟ ਇਜ਼ ਵਾਈਟਲ ਟੂ ਵੈਲਿਊ ਫੈਮਿਲੀ ਮੋਰ ਦੈਨ ਫਰੈਂਡਸ ਡਿਊ ਟੂ ਇਨਵੋਲਵਮੈਂਟ ਇਨ ਫਾਸਟਰਿੰਗ ਚਿਲड्रन ਠੀਕ ਆ ਚਿਲड्रन ਦੇ ਜਿਹੜੀ ਮਤਲਬ ਕਿ ਸਹਾਇਤਾ ਕਰਦੀ ਇਸ ਕਰਕੇ ਕੀ ਹੈ ਕਿਉਂਕਿ ਫੈਮਿਲੀ ਜਿਹੜੀ ਜ਼ਿਆਦਾ ਇੰਪੋਰਟੈਂਟ ਆ ਫਰੈਂਡਸ ਦੇ ਨਾਲੋਂ ਠੀਕ ਆ ਤਾਂ ਇਹ ਹੋ ਗਿਆ ਆਪਣਾ ਬੀਪੀ 1 ਐਂਡ ਬੀਪੀ 2 ਬੀਪੀ 1 ਚ ਦੱਸਦਾ ਕਿ ਸੂਟੇਬਲ ਗਾਈਡੈਂਸ ਮਿਲ ਤਾਂ ਉਸ ਤੋਂ ਅੱਗੇ ਆਪਾਂ ਕੀ ਕੀਤਾ ਕਨਕਲੂਜਨ ਲਿਖਣਾ ਹੈਗਾ ਠੀਕ ਆ ਤਾਂ ਕਨਕਲੂਜਨ ਦੇ ਵਿੱਚ ਕੀ ਕਰਨਾ ਹੈਗਾ ਪਹਿਲਾਂ ਤਾਂ ਕਨੈਕਟਰ ਚਾਹੀਦਾ ਆਪਾਂ ਨੂੰ ਠੀਕ ਆ ਟੂ ਕਨਕਲੂਡ ਇਟ ਠੀਕ ਆ ਉਸ ਤੋਂ ਬਾਅਦ ਆਪੇ ਇੱਕ ਆਲਦੋ ਯੈਟ ਵਾਲਾ ਸੈਂਟੈਂਸ ਲਾਇਆ ਕਾਫੀ ਸਟੂਡੈਂਟ ਜਿਹੜੇ ਇਦਾਂ ਕਰਦੇ ਆਗੇ ਆਲਦੋ ਦੇ ਨਾਲ ਬਟ ਲਾਉਂਦੇ ਹੈਗੇ ਠੀਕ ਆ ਬਟ ਨਹੀਂ ਲਾਉਣਾ ਤੁਸੀਂ ਆਲਦੋ ਦੇ ਨਾਲ ਆਲਦੋ ਦੇ ਨਾਲ ਦਾ ਯੈਟ ਲਾਓ ਜਾਂ ਫਿਰ ਤੁਸੀਂ ਸਿੰਪਲੀ ਕਾਮਾ ਬਾਕੇ ਛੱਡ ਦਿਓ ਠੀਕ ਆ ਤਾਂ ਹੁਣ ਆਪਾਂ ਕੀ ਆ ਟੂ ਕਨਕਲੂਡ ਇਟ ਵੀ ਇਸ ਮਤਲਬ ਕਿ ਹੁਣ ਕਨੈਕਟਰ ਯੂਜ਼ ਕੀਤਾ ਠੀਕ ਆ ਕਨਕਲੂਜਨ ਦੇ ਲਈ ਆਲਦੋ ਦ ਠੀਕ ਹੈ ਜਿਹੜੇ ਫਰੈਂਡਸ ਹੈਗੇ ਆ ਚਾਇਓ ਲਾਈਕ ਦਾ ਜਿਹੜਾ ਇੱਕ ਪਾਰਟ ਹੈਗੇ ਆ ਹਿੱਸਾ ਹੈਗੇ ਆ ਠੀਕ ਹੈ ਯੈਟ ਫੈਮਲੀ ਕਨਸੀਡਰ ਟੂ ਬੀ ਮੋਰ ਇੰਪੋਰਟੈਂਟ ਦੈਨ ਬਰਡਿਸ ਠੀਕ ਹੈ ਰੈਪੀਟੀਸ਼ਨ ਕਿਹਨੂੰ ਕਹਿੰਦੇ ਆ ਹੁਣ ਤੁਹਾਨੂੰ ਉਹ ਚੀਜ਼ ਦੱਸਦੀਆਂ ਠੀਕ ਹੈ ਕਿ ਰੈਪੀਟੀਸ਼ਨ ਆਪਣੀ ਹੁੰਦੀ ਹੈ ਲਾਈਕ ਇਹ ਨਹੀਂ ਹੈਗਾ ਕਿ ਜੇ ਹੁਣ ਤੁਸੀਂ ਫਰੈਂਡ ਇੱਕ ਵਾਰੀ ਯੂਜ਼ ਕਰ ਲਿਆ ਠੀਕ ਹੈ ਇੱਕ ਵਾਰੀ ਲਾਈਕ ਤੁਸੀਂ ਐਸੇ ਦੇ ਵਿੱਚ ਫਰੈਂਡਸ ਯੂਜ਼ ਕਰ ਲਿਆ ਤਾਂ ਤੁਸੀਂ ਦੁਬਾਰਾ ਕਰ ਨਹੀਂ ਸਕਦੇ ਜੇ ਤੁਸੀਂ ਕਰ ਲਿਆ ਤਾਂ ਰੈਪੀਟੀਸ਼ਨ ਹੋਊਗੀ ਇਹ ਇਹਨੂੰ ਨਹੀਂ ਰੈਪੀਟੀਸ਼ਨ ਕਹਿੰਦੇ ਰੈਪੀਟੀਸ਼ਨ ਦਾ ਮਤਲਬ ਇਹ ਹੁੰਦਾ ਹੈਗਾ ਲਾਈਕ ਹੁਣ ਦੇਖੋ ਇੱਥੇ ਆਪਾਂ ਫਰੈਂਡਸ ਯੂਜ਼ ਕੀਤਾ ਆਲਥੋ ਦਾ ਫਰੈਂਡਸ ਹੁਣ ਆਪਾਂ ਨੂੰ ਨੈਕਸਟ ਜਿਹੜੀ ਆਪਾਂ ਲਾਈਨ ਲਿਖੀ ਉਹਦੇ ਨਾਲ ਹੀ ਆਪਾਂ ਨੂੰ ਫਿਰ ਫਰੈਂਡਸ ਦੀ ਜ਼ਰੂਰਤ ਪੈ ਗਈ ਹੈਨਾ ਲਾਈਕ ਟੂ ਬੀ ਮੋਰ ਇੰਪੋਰਟੈਂਟ ਦੈਨ ਬਰਡਿਸ ਤਾਂ ਹੁਣ ਆਪਾਂ ਇੱਥੇ ਫਰੈਂਡ ਲਿਖਾਂਗੇ ਤਾਂ ਦੋਨੋਂ ਇੱਕੋਦਮ ਆਪਾਂ ਨੂੰ ਦਿਖ ਜੂਗਾ ਹੈਨਾ ਵੀ ਨਾਲ ਹੀ ਜਦੋਂ ਹੁਣ ਆਪਾਂ ਪੜ੍ਹਾਂਗੇ ਆਲਥੋ ਦਾ ਫ ਉਹਨੂੰ ਰੈਪੀਟੀਸ਼ਨ ਕਿਹਾ ਜਾਂਦਾ ਠੀਕ ਹੈ ਇਹ ਨਹੀਂ ਹੈਗਾ ਤੁਸੀਂ ਇੱਕ ਵਾਰ ਇੱਥੇ ਫਰੈਂਡ ਲਿਖਿਆ ਤਾਂ ਤੁਸੀਂ ਬੀਪੀ 1 ਦੇ ਵਿੱਚ ਲਿਖਿਆ ਵੀ ਉਹ ਵੀ ਦੋ ਵਾਰੀ ਗਿਣਿਆ ਜਾਊਗਾ ਠੀਕ ਹੈ ਇਸ ਤਰੀਕੇ ਨਾਲ ਨਹੀਂ ਹੁੰਦਾਗਾ ਤਾਂ ਆਪਾਂ ਜਿਹੜਾ ਫਰੈਂਡਸ ਕੀ ਕਰ ਲਿਆ ਉਹਦੋਂ ਬੜੀ ਹਾਂ ਤੁਸੀਂ ਸੈਂਟੈਂਸ ਵੇਰੀਏਸ਼ਨ ਦੀ ਰੈਪੀਟੀਸ਼ਨ ਨਹੀਂ ਕਰਨੀ ਲਾਈਕ ਜੇ ਤੁਸੀਂ ਆਲਦੋ ਜੈਟ ਵਾਲਾ ਸੈਂਟੈਂਸ ਇੱਥੇ ਯੂਜ਼ ਕੀਤਾ ਤਾਂ ਤੁਸੀਂ ਟਰਾਈ ਕਰੋ ਕਿ ਉਹਨੂੰ ਹੋਰ ਐਸੇ ਦੇ ਵਿੱਚ ਹੋਰ ਕਿਤੇ ਵੀ ਨਾ ਯੂਜ਼ ਕਰੋ ਜੇ ਕੰਡੀਸ਼ਨ ਵਾਲਾ ਇੱਕ ਜਗ੍ਹਾ ਤੇ ਕਰ ਲਿਆ ਤਾਂ ਉਹਨੂੰ ਦੁਬਾਰਾ ਨਾ ਕਰੋ ਜੇ ਕਰਨਾਗਾ ਤਾਂ ਕੰਡੀਸ਼ਨ ਆਪਣਾ ਜਿਹੜਾ ਰੂਲ ਜਿਹੜਾ ਚੇਂਜ ਹੋਣਾ ਚਾਹੀਦਾ ਕਿਉਂਕਿ ਕੰਡੀਸ਼ਨ ਤਾਂ ਆਪਣੇ ਕੋਲ ਕੀ ਹੈਗਾ ਆਲਦੋ ਦ ਫਰੈਂਡਸ ਆਰ ਪਾਰਟ ਆਫ ਆਪਾਂ ਕਿਹਾ ਵੀ ਹਿੱਸਾ ਏ ਚਾਹੀ ਫਰੈਂਡਸ ਠੀਕ ਆ ਤਾਂ ਫਿਰ ਫਿਰ ਵੀ ਕੀ ਜਿਹੜੀ ਫੈਮਿਲੀ ਉਹ ਜ਼ਿਆਦਾ ਕਨਸੀਡਰ ਆ ਇੰਪੋਰਟੈਂਟ ਮੰਨੀ ਜਾਂਦੀ ਆ ਦੈਨ ਬodies ਠੀਕ ਆ ਕੰਪੈਰੀਜ਼ਨ ਕਰ ਦਿੱਤਾ ਫਰੈਂਡਸ ਨਾਲ ਬਿਕੋਜ਼ ਆਫ ਸਮ ਰੀਜ਼ਨ ਠੀਕ ਆ ਹੁਣ ਇਹ ਲਾਈਨ ਤੁਸੀਂ ਲਿਖ ਦਿੱਤੀ ਆਪਾਂ ਮੈਂਸ਼ਨ ਨਹੀਂ ਕੀਤਾ ਕਨਕਲੂਜ਼ਨ ਦੇ ਵਿੱਚ ਵੀ ਆਪਾਂ ਕਿਹੜੇ ਰੀਜ਼ਨ ਹੈਗੇ ਆ ਆਪਾਂ ਦੱਸ ਸਕਦੇ ਕਿਉਂਕਿ ਆਪਾਂ ਬੀਬੀ 1 'ਚ ਵੀ ਗੱਲ ਕਰਕੇ ਆਏ ਬੀਬੀ 2 'ਚ ਵੀ ਹੈ ਨਾ ਤਾਂ ਉਸ ਤੋਂ ਬਾਅਦ ਕੀ ਆਪਣੇ ਕੋਲੇ ਆਪ ਲਿਖ ਦਿੱਤਾ ਕਿ ਬਿਕੋਜ਼ ਆਫ ਸਮ ਰੀਜ਼ਨ ਐਜ਼ ਮੈਂਸ਼ਨਡ ਇਨ ਦਾ ਐਸੇ ਇਹ ਲਾਈਨ ਇਹ ਕਲੀਅਰ ਕਰਦੀ ਆ ਕਿ ਮੈਂ ਉਹੀ ਰੀਜ਼ਨ ਕਰਕੇ ਮੈਂ ਫੈਮਿਲੀ ਨੂੰ ਇੰਪੋਰਟੈਂਟ ਮੰਨਦਾ ਜਿਹੜੇ ਮੈਂ ਮੈਂਸ਼ਨ ਕਰਕੇ ਆ ਹੁਣੇ ਬੀਪੀਜ਼ ਦੇ ਵਿੱਚ ਠੀਕ ਆ ਤਾਂ ਆਪਾਂ ਦੱਸਤਾ ਕਿ ਐਸਸੀ ਦੇ ਵਿੱਚ ਮੈਂ ਮੈਂਸ਼ਨ ਕੀਤਾ ਇਸ ਤਰੀਕੇ ਨਾਲ ਆਪਣਾ ਇਹ ਕਨਕਲੂਜਨ ਹੋ ਗਿਆ ਠੀਕ ਆ ਹੁਣ ਦੇਖੋ ਪੈਸਿਵ ਸੈਂਟੈਂਸ ਵੀ ਐਡ ਕਰ ਦਿੱਤੇ ਕੰਪਲੈਕਸ ਸੈਂਟੈਂਸ ਵੀ ਐਡ ਕਰ ਦਿੱਤੇ ਆਪਾਂ ਕੰਡੀਸ਼ਨਲ ਸੈਂਟੈਂਸ ਵੀ ਐਡ ਕਰ ਦਿੱਤੇ ਆਪਾਂ ਸਿੰਪਲ ਜਿਹੜੇ ਆਪਣੇ ਕੋਲ ਜਿਹੜੀ ਟਾਈਪਸ ਹੁੰਦੀ ਐਸ ਦੀ ਸੈਂਟੈਂਸ ਦੀ ਉਹ ਵੀ ਕਰ ਦਿੱਤੇ ਜਿੱਦਾਂ ਆਪਣੇ ਕੋਲ ਕੀ ਹੈਗਾ ਨਾਟ ਓਨਲੀ ਬਟ ਆਲਸੋ ਵਾਲਾ ਸੈਂਟੈਂਸ ਵੀ ਆਪਾਂ ਐਡ ਕੀਤਾ ਵਾ ਠੀਕ ਆ ਤਾਂ ਇਸ ਤਰੀਕੇ ਨਾਲ ਜੇ ਤੁਸੀਂ ਸੈਂਟੈਂਸ ਵੇਰੀਏਸ਼ਨ ਐਡ ਕਰਦੇ ਹੈਗੇ ਆ ਠੀਕ ਆ ਤੇ ਇੱਕ ਪ੍ਰੋਪਰ ਸਟਰਕਚਰ ਫਾਲੋ ਕਰਦੇ ਹੈਗੇ ਆ ਤਾਂ ਸਕੋਰ ਘਟਣ ਦਾ ਕੋਈ ਸਵਾਲ ਦੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ ਥੈਂਕਸ ਫॉर ਵਾਚਿੰਗ